you strong. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਜੇ ਐਮ ਜੀ ਵਲੌਗਸ ਵਿੱਚ ਵੈਲਕਮ ਹੈ। ਅੱਜ ਮੈਂ ਬਣਾਊਂਗੀ ਕਰੀਮੀ ਮੈਸ਼ ਪੋਟੇਟੋਸ। ਇਹ ਮੇਰੀ ਐਬਸੋਲਿਊਟ ਫੇਵਰੇਟ ਰੈਸਪੀ ਆ ਅਤੇ ਅੱਜ ਮੈਂ ਤੁਹਾਨੂੰ ਦਿਖਾਉਂਦੀ ਕਿੱਦਾਂ ਬਣਾਈਦੇ ਆ। ਪਹਿਲਾ ਸਟੈਪ ਹੈਗਾ, ਤੁਸੀਂ ਆਲੂਆਂ ਨੂੰ ਪੀਲ ਕਰਨਾ ਅਤੇ ਧੋਣਾ ਆ ਅਤੇ ਉਹਨਾਂ ਨੂੰ ਬੋਇਲ ਕਰਨਾ। ਅਤੇ ਮੈਂ ਬੋਇਲ ਕਰਨ ਤੋਂ ਪਹਿਲਾਂ ਉਹਨਾਂ ਦੇ 1 ਇੰਚ ਦੇ ਪੀਸ ਕਰਦੇ ਹਾਂ ਅਤੇ ਹੁਣ ਇਹ ਬਸ ਉਬਲਣ ਵਾਲੇ ਆ ਅਤੇ ਰੈਡੀ ਹੋਣ ਵਾਲੇ ਆ। ਅਤੇ ਜਦੋਂ ਇਹ ਸੋਫਟ ਹੋ ਗਿਆ ਤਾਂ ਫਿਰ ਅਸੀਂ ਇਹਨਾਂ ਨੂੰ ਮੈਸ਼ ਕਰ ਸਕਦੇ ਹਾਂ। ਅਤੇ ਆਲਸੋ ਮੈਂ ਦੂਜੀ ਗੈਸ 'ਤੇ ਆਪਣਾ ਦੁੱਧ ਗਰਮ ਕਰਨ ਰੱਖਿਆ ਹੋਇਆ ਆ ਅਤੇ ਉਬਾਲਣਾ ਨਹੀਂ ਹੁੰਦਾ, ਬਸ ਨਾ ਵਾਰਮ ਕਰਨਾ ਹੁੰਦਾ ਹੈ। ਇਹਨੂੰ ਉੱਪਰ ਨਾ ਮਲਾਈ ਮਲੂਈ ਨਹੀਂ ਆਉਣੀ ਚਾਹੀਦੀ। ਸੋ ਜਦੋਂ ਮੇਰੇ ਆਲੂ ਹੋ ਗਏ ਫਿਰ ਮੈਂ ਤੁਹਾਨੂੰ ਮਿਲੂੰਗੀ। ਆਲਸੋ ਗਾਈਸ, ਮੈਂ ਛਪਾਉਣਾ ਭੁੱਲ ਕੇ ਇਹ 'ਚ ਸੋਲਟ ਵੀ ਪੈਂਦਾ ਆ ਸੀਜ਼ਨ ਕਰਨ ਵਾਸਤੇ। ਪਰ ਉਸ ਜੇ ਤੁਹਾਨੂੰ ਇੰਨਾ ਤੁਸੀਂ ਇਹ 'ਚ ਜਿੰਨਾ ਮਰਜ਼ੀ ਪਾ ਸਕਦੇ ਹੋ, ਪਰ ਤੁਹਾਨੂੰ ਘੱਟ ਲੱਗੇ ਜੇ ਤੁਸੀਂ ਬਣਾ ਲਿਆ ਤੁਸੀਂ ਉਹ ਬਾਅਦ 'ਚ ਵੀ ਐਡ ਕਰ ਸਕਦੇ ਹੋ। ਪਰ ਤੁਸੀਂ ਇੰਨਾ 1 ਟੀਸਪੂਨ ਸੋਲਟ ਪਾ ਦਿਓ ਵਿੱਚ। ਸੋ ਮੇਰੇ ਆਲੂ ਹੋ ਚੱਲੇ ਆ ਅਤੇ ਮੇਰਾ ਦੁੱਧ ਵੀ ਐਨ ਗਰਮ ਹੋ ਗਿਆ ਅਤੇ ਆਲੂ ਨੂੰ 5 ਮਿੰਟ ਹੋਰ ਕਰਨਾ ਹੈ ਅਤੇ ਫਿਰ ਇਹ ਰੈਡੀ ਹੋ ਚੁੱਕੇ। ਸੋ ਗਾਈਜ਼, ਮੇਰੇ ਆਲੂ ਹੋ ਗਏ ਆ ਬੋਇਲ ਅਤੇ ਐਨ ਚੰਗੀ ਤਰ੍ਹਾਂ ਸੋਫਟ ਹੋ ਗਿਆ ਅਤੇ ਹੁਣ ਇਹਨਾਂ ਨੂੰ ਮੈਂ ਡਰੇਨ ਕਰ ਲੈਂਦੀ ਹਾਂ ਅਤੇ ਫਿਰ ਮੈਂ ਆਉਂਦੀ ਵਾਪਸ। ਮੈਂ ਆਪਣੇ ਆਲੂ ਡਰਾਈ ਕਰਤੇ ਆ, ਡਰੇਨ ਕਰਤੇ ਆ ਅਤੇ ਹੁਣ ਮੈਂ ਪੈਨ 'ਚ ਥੋੜ੍ਹਾ ਜਿਹਾ ਬਟਰ ਪਾਉਂਗੀ। ਮੈਂ 2 ਸਪੂਨ ਬਟਰ ਲਿਆ ਆ ਅਤੇ ਹੁਣ ਮੈਂ ਬਟਰ ਨੂੰ ਜਦੋਂ ਮੇਰਾ ਮੈਲਟ ਹੋ ਗਿਆ ਤਾਂ ਮੈਂ ਗੈਸ ਬੰਦ ਕਰ ਦੇਣੀ ਅਤੇ 'ਚ ਮੈਂ ਆਪਣੇ ਆਲੂ ਪਾ ਦੇਣੇ ਆ। ਉਹਨੇ ਬਟਰ ਨੂੰ ਚੰਗੀ ਤਰ੍ਹਾਂ ਤੁਸੀਂ ਮੈਲਟ ਕਰਨਾ ਆ। ਆਖੋ ਇੰਨਾ ਲਿਆ ਮੈਂ। ਸੋ ਮੇਰਾ ਬਟਰ ਮੈਲਟ ਹੋ ਗਿਆ, ਹੁਣ ਇਹ 'ਚ ਮੈਂ ਆਪਣੇ ਪਾ ਦੇਣੇ ਆ ਆਲੂ। ਅਤੇ ਹੁਣ ਮੈਂ ਪਤਾ ਕੀ ਕਰਨਾ ਆ, ਹੁਣ ਮੈਂ ਸਾਰੇ ਆਲੂਆਂ ਨੂੰ ਮੈਸ਼ ਕਰ ਦੇਣਾ ਮੇਰੇ ਪੋਟੇਟੋ ਮੈਸ਼ਰ ਦੇ ਨਾਲ ਅਤੇ ਫਿਰ ਜਿਹੜਾ ਮੈਂ ਦੁੱਧ ਗਰਮ ਕੀਤਾ ਸੀਗਾ ਇਹਦੀ ਮਲਾਈ ਲਾ ਕੇ ਟੇਕ ਆਫ ਕਰਕੇ, ਕਿਉਂਕਿ ਅਸੀਂ ਯੂਜ਼ ਨਹੀਂ ਕਰਨੀ, ਤਾਂ ਵਿੱਚ ਮੈਂ ਪਾਈ ਜਾਣਾ ਅਤੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਕਰੀਮੀ ਨਹੀਂ ਹੁੰਦੇ ਤਾਂ ਇਹ ਮੈਂ ਸਾਰੇ ਮੈਸ਼ ਕਰਕੇ ਦੁੱਧ ਪਾ ਕੇ ਮੈਂ ਤੁਹਾਨੂੰ ਐਂਡ ਰਿਜ਼ਲਟ ਦਿਖਾਉਂਦੀ ਹਾਂ। ਸੋ ਮੇਰੇ ਯਮੀ ਕਰੀਮੀ ਮੈਸ਼ ਪੋਟੇਟੋ ਹੋ ਗਏ ਰੈਡੀ। ਆਖੋ ਕਿੰਨੇ ਸੋਹਣੇ ਹੋਏ ਆ। ਬਹੁਤ ਜ਼ਿਆਦਾ ਸਿੰਪਲ ਅਤੇ ਡਿਲੀਸ਼ੀਅਸ ਰੈਸਪੀ ਆ ਅਤੇ ਮੈਂ ਜ਼ਰੂਰ ਰੈਕਮੈਂਡ ਕਰੂੰਗੀ ਅਤੇ ਇੰਨਾ ਟਾਈਮ ਵੀ ਨਹੀਂ ਲੱਗਦਾ, ਬਹੁਤ ਜਲਦੀ ਬਣ ਜਾਂਦੀ ਆ। ਅਤੇ ਅੱਜ ਦੀ ਵੀਡੀਓ ਤਾਂ ਮੈਂ ਇੱਥੇ ਐਂਡ ਕਰਦੀ ਹਾਂ ਅਤੇ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਮਿਲੂੰਗੀ। ਥੈਂਕਸ ਫੋਰ ਵਾਚਿੰਗ, ਬਾਏ।